To watch our films in your language, click here. ਤੇ ਮੇਰਾ ਜਨਮ ਮੇਰੇ ਨਾਨਕੇ ਪਿੰਡ ਸਾਇਆ ਕਲਾਂ 'ਚ ਹੋਇਆ ਅਤੇ ਸਿੰਘਾਂ ਨੇ ਸਰਕਾਰ ਦੇ ਵਿਰੁੱਧ ਜਦੋਂ ਆਵਾਜ਼ ਉਠਾਈ ਤਾਂ ਉਹਨਾਂ ਦੇ ਵਿੱਚੋਂ ਇੱਕ ਮੇਰੇ ਪਾਪਾ ਵੀ ਸੀ ਪਿਤਾ ਜੀ ਸੀ ਅਤੇ ਉਹਨਾਂ ਨੂੰ ਜਦੋਂ ਪੁਲਿਸ ਵਾਲੇ ਲੈ ਗਏ ਅਤੇ ਮੁੜ ਕੇ ਘਰ ਨਹੀਂ ਆਏ ਉਸ ਤੋਂ ਬਾਅਦ ਤਾਂ ਅਸੀਂ ਮੇਰੇ ਮਾਤਾ ਜੀ ਨੇ ਬਹੁਤ ਮੇਰੇ ਪਾਪਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ ਤਾਂ ਉਸ ਸਮੇਂ ਅਸੀਂ ਆਪਣਾ ਜੱਦੀ ਪਿੰਡ ਛੱਡ ਕੇ ਮੈਂ ਆਪਣੇ ਨਾਨਕੇ ਪਿੰਡ ਸਾਇਆ ਕਲਾਂ ਵਿਖੇ ਆ ਗਏ ਸੀ ਉਸ ਸਮੇਂ ਮੇਰੀ ਉਮਰ ਸਿਰਫ 5 ਸਾਲ ਦੀ ਸੀ ਅੱਜ ਮੇਰੀ ਜ਼ਿੰਦਗੀ ਦਾ ਸਿਰਫ ਇੱਕੋ ਹੀ ਏਮ ਇਹ ਆ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਗੱਤਕਾ ਸਿਖਾਈਏ ਅਤੇ ਉੱਪਰ ਤੱਕ ਲੈ ਕੇ ਜਾਈਏ ਅਤੇ ਉਸ ਤੋਂ ਬਾਅਦ ਜਿਹੜੇ ਮੇਰੇ ਪਿੰਡ ਸਾਇਆ ਕਲਾਂ ਬੱਚਿਆਂ ਦੀ ਮੈਂ ਕਲਾਸ ਲੈਂਦਾ ਅਤੇ ਉਹ ਹਰ ਰੋਜ਼ ਸ਼ਾਮ ਨੂੰ 5 ਵਜੇ ਤੋਂ ਲੈ ਕੇ 8 ਵਜੇ ਤੱਕ ਸਾਰੇ ਬੱਚੇ ਇਕੱਠੇ ਹੋ ਜਾਂਦੇ ਆ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਤਲਵਾਰਬਾਜ਼ੀ ਨੇਜੇਬਾਜ਼ੀ ਢਾਲ ਕਿਰਪਾਨ ਅਤੇ ਜਮਦਾੜ ਗੁਰਜ ਵੱਖ ਵੱਖ ਗੇਮਾਂ ਸਿਖਾਈਆਂ ਜਾਂਦੀਆਂ ਨੇ ਅਤੇ ਅੱਜ ਕੱਲ੍ਹ ਜਿਹੜੇ ਬੱਚੇ ਮੇਰੇ ਕੋਲ ਸਿੱਖ ਰਹੇ ਨੇ ਗੱਤਕਾ ਅਤੇ ਉਹਨਾਂ ਨੂੰ ਮੈਂ ਵੱਖ ਵੱਖ ਥਾਵਾਂ 'ਤੇ ਵੱਖ ਵੱਖ ਕੰਪੀਟੀਸ਼ਨਾਂ 'ਤੇ ਲੈ ਕੇ ਜਾ ਰਿਹਾ ਅਤੇ ਪੰਜਾਬ ਵਿੱਚ ਤਾਂ ਕੋਈ ਅਜਿਹਾ ਜ਼ਿਲ੍ਹਾ ਜਾਂ ਪਿੰਡ ਨਹੀਂ ਜਿੱਥੇ ਤੱਕ ਸਾਰੇ ਬੱਚਿਆਂ ਨੂੰ ਅਸੀਂ ਨਾਂ ਲੈ ਕੇ ਗਏ ਹੋਏ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੋ ਕਿ ਸਿੱਖਾਂ ਦੇ 10ਵੇਂ ਗੁਰੂ ਹੋਏ ਨੇ ਤਾਂ ਉਹਨਾਂ ਨੇ ਲਤਾੜੇ ਹੋਏ ਲੋਕਾਂ ਨੂੰ ਗਿੱਦੜਾਂ ਤੋਂ ਸ਼ੇਰ ਬਣਾਇਆ ਅਤੇ ਸ਼ੇਰ ਬਣਾ ਕੇ ਇੱਕ ਵੱਖਰੀ ਕੌਮ ਪੈਦਾ ਕੀਤੀ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਕਿ ਸਿੱਖ ਕੋਈ ਵੀ ਆ ਨਾ ਕਿਸੇ 'ਤੇ ਜ਼ੁਲਮ ਕਰਨਾ ਨਾ ਕਿਸੇ 'ਤੇ ਸਹਿ
ਸਹਿੰਦਾ ਨਾ ਕਿਸੇ ਦੇ ਹੁੰਦਾ ਦੇਖਣਾ। Click the bell icon to discover the latest stories of India.